ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਹੈ ਯੈਸ ਬੈਂਕ ਬਾਰੇ, ਜੋ ਕਿ ਇਸ ਸਮੇਂ ਬਹੁਤ ਹੀ ਬੁਰੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ, ਜਿਸ ਕਾਰਨ ਇਸ ਬੈਂਕ ਨੂੰ RBI ਨੇ ਆਪਣੇ ਅਧੀਨ ਕਰ ਲਿਆ ਹੈ। ਹਾਲਾਂਕਿ ਇਸ ਬੈਂਕ ਵਿੱਚ ਬਹੁਤ ਸਾਰੇ ਲੋਕਾਂ ਦੇ ਕਰੋੜਾਂ ਰੁਪਏ ਜਮ੍ਹਾਂ ਨੇ, ਪਰ RBI ਵੱਲੋਂ ਇੱਕ ਮਹੀਨੇ ਵਿੱਚ 50,000 ਰੁਪਏ ਕਢਵਾਉਣ ਦੇ ਆਦੇਸ਼ ਜਾਰੀ ਕੀਤੇ ਗਏ ਨੇ। ਇਸ ਸਮੇਂ ਲੋਕਾਂ ਵਿੱਚ ਇਸ ਗੱਲ ਦਾ ਡਰ ਵੀ ਹੈ ਕਿ ਕਿਤੇ ਉਹਨਾਂ ਦੇ ਪੈਸੇ ਡੁੱਬ ਨਾ ਜਾਣ, ਪਰੰਤੂ RBI ਵੱਲੋਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਗ੍ਰਾਹਕਾਂ ਦਾ ਇੱਕ ਇੱਕ ਪੈਸਾ ਇਸ ਬੈਂਕ ਵਿੱਚ ਸੇਫ ਹੈ। ਹਾਲਾਂਕਿ RBI ਵੱਲੋਂ ਭਾਰਤੀ ਸਟੇਟ ਬੈਂਕ ਦੇ ਸਾਬਕਾ ਮੁੱਖ ਵਿੱਤੀ ਅਧਿਕਾਰੀ ਪ੍ਰਸ਼ਾਂਤ ਕੁਮਾਰ ਨੂੰ ਯੈਸ ਬੈਂਕ ਦਾ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਹੈ। ਇੱਥੇ ਦੱਸ ਦਈਏ ਕਿ ਬੈਂਕ ਧਾਰਕ ਯੈਸ ਬੈਂਕ ਦੇ ਲਾਕਰਾਂ ਦਾ ਇਸਤੇਮਾਲ ਕਰ ਸਕਦੇ ਨੇ। ਇਸ ਬੈਂਕ ਦੇ ਖਾਤਾ ਧਾਰਕਾਂ ਦਾ ਇਸ ਬਾਬਤ ਕੀ ਕਹਿਣਾ ਹੈ, ਉਸ 'ਤੇ ਇੱਕ ਨਜ਼ਰ ਮਾਰ ਲੈਂਦੇ ਹਾਂ। ਦੇਖੋ, ਤੰਗੀ ਤਾਂ ਸਰ ਇਹਦੇ ਵਿੱਚ ਹੈਗੀ ਆ, ਨਜ਼ਰੀਆ ਜਿਹੜਾ ਇਹ ਆ, ਅਸੀਂ ਇਹਦੇ ਲਈ ਇਹ ਸੋਚਦੇ ਹਾਂ ਕਿ ਸਰਕਾਰ ਨੂੰ ਹੁਣ ਜਾਂ ਦਾ ਇੰਨੀ ਕੁ ਜ਼ਿਆਦਾ ਸਖਤੀ ਕਰ ਦੇਣੀ ਚਾਹੀਦੀ ਆ ਕਿ ਹਰ ਬੰਦਾ ਇੱਕ ਲਿਮਿਟੇਸ਼ਨ ਦੇ ਵਿੱਚ ਆ ਜਾਵੇ, ਜਾਂ ਫਿਰ ਸਰਕਾਰ ਨੂੰ ਚਾਹੀਦਾ ਸਾਰਿਆਂ ਲਈ ਜੋ ਜਿੱਦਾਂ ਪਹਿਲਾਂ ਚੱਲ ਰਹੀ ਉੱਦਾਂ ਖੋਲ੍ਹ ਦੇਵੇ। ਤੰਗੀ ਤਾਂ ਹੋ ਰਹੀ ਆ, ਇੱਦਾਂ ਦੀ ਗੱਲ ਨਹੀਂ ਕਿ ਤੰਗੀ ਨਹੀਂ ਹੋ ਰਹੀ, ਪਰੇਸ਼ਾਨੀ ਵੀ ਹੋ ਰਹੀ ਆ। ਅਸੀਂ ਉਹਨੂੰ ਇਹ ਵੀ ਸੋਚ ਰਹੇ ਕਿ ਸਾਡਾ ਮਿਹਨਤ ਦਾ ਪੈਸਾ ਆ, ਪਰ ਇਹਦੇ ਲਈ ਹੁਣ ਦੇਖ ਰਹੇ ਹਾਂ ਸਰਕਾਰ ਵੱਲ ਨੂੰ ਨਜ਼ਰ ਆ, ਸਰਕਾਰ ਨੂੰ ਚਾਹੀਦਾ ਕੋਈ ਜਲਦੀ ਤੋਂ ਜਲਦੀ ਇਹ ਕਦਮ ਉਠਾਏ ਜਾਣ ਤਾਂ ਕਿ ਰੋਜ਼ ਰੋਜ਼ ਇਹ ਪਰੇਸ਼ਾਨੀ ਨਾ ਹੋਵੇ। ਕਦੀ ਕਿਸੇ ਬੈਂਕ ਨਾਲ ਹੋ ਰਿਹਾ, ਕਦੀ ਕਿਸੇ ਬੈਂਕ ਨਾਲ ਹੋ ਰਿਹਾ। ਹਾਂ, ਇੱਕ ਗੱਲ ਹੋਰ ਮੈਂ ਇਹਦੇ ਵਿੱਚ ਕਹਿਣੀ ਚਾਹੂੰਗਾ ਕਿ ਲੋਕਾਂ ਦਾ ਹੁਣ ਬੈਂਕਿੰਗ ਦੇ ਉੱਤੇ ਭਰੋਸਾ ਟੁੱਟ ਰਿਹਾ, ਭਾਵੇਂ ਉਹ ਸਰਕਾਰੀ ਬੈਂਕ ਆ ਚਾਹੇ ਉਹ ਪ੍ਰਾਈਵੇਟ ਬੈਂਕ। ਬੈਂਕ ਦੇ ਖਾਤਾ ਧਾਰਕਾਂ ਮੁਤਾਬਕ ਇਸ ਬੈਂਕ ਦੇ ਬੰਦ ਹੋਣ ਦੀਆਂ ਚਰਚਾਵਾਂ ਤੋਂ ਬਾਅਦ ਉਹਨਾਂ ਨੂੰ ਪੈਸੇ ਕਢਵਾਉਣ ਵਿੱਚ ਭਾਰੀ ਦਿੱਕਤਾਂ ਆ ਰਹੀਆਂ ਨੇ। ਉਹਨਾਂ ਦਾ ਕਹਿਣਾ ਹੈ ਕਿ ਜੋ RBI ਵੱਲੋਂ ਇੱਕ ਮਹੀਨੇ ਵਿੱਚ 50,000 ਰੁਪਏ ਹੀ ਕਢਵਾਉਣ ਦੇ ਆਦੇਸ਼ ਦਿੱਤੇ ਹਨ, ਉਸ ਨਾਲ ਉਹਨਾਂ ਦੀਆਂ ਮੁਸ਼ਕਲਾਂ ਵਿੱਚ ਹੋਰ ਵੀ ਵਾਧਾ ਹੋ ਗਿਆ ਹੈ। ਇਸ ਚੀਜ਼ ਲਈ ਮੈਨੂੰ ਬਹੁਤ ਦੁੱਖ ਹੈ ਕਿਉਂਕਿ ਮੈਂ ਫਰਦਰ ਕੋਈ ਹੋਰ ਟ੍ਰਾਂਜੈਕਸ਼ਨ ਕਰ ਨਹੀਂ ਸਕਦਾ, ਪਰ ਇਸ ਚੀਜ਼ ਲਈ ਮੈਨੂੰ ਵਧੀਆ ਵੀ ਲੱਗਾ ਕਿ ਹਾਂ ਵੀ ਹਾਂ ਚਲੋ 50,000 ਜਿਹੜਾ ਆ ਉਹ ਚਲੋ ਮਿਲ ਗਿਆ, ਅਤੇ ਬਾਕੀ ਅਰਜ਼ੀ ਅਗਲੀ ਨੋਟੀਫਿਕੇਸ਼ਨ ਤੱਕ ਅਸੀਂ ਗਵਰਨਮੈਂਟ ਦਾ ਇੰਤਜ਼ਾਰ ਕਰਾਂਗੇ ਕਿ ਕੋਈ ਪੋਜ਼ਿਟਿਵ ਰਿਜ਼ਲਟ ਆਵੇ। ਔਰ ਹੋਪਫੁਲੀ ਕਿ ਜੇ ਨੈਗੇਟਿਵ ਆ ਗਿਆ ਤਾਂ ਬਹੁਤ ਬੁਰਾ ਹੋਏਗਾ ਸਾਡੇ ਸਾਰੇ ਲਈ। ਇਸ ਬੈਂਕ ਦੀ ਇੱਕ ਮਹਿਲਾ ਗ੍ਰਾਹਕ ਦਾ ਕਹਿਣਾ ਹੈ ਕਿ ਜੋ RBI ਦਾ ਫੈਸਲਾ ਹੈ ਉਹ ਬਹੁਤ ਹੀ ਗਲਤ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਜੋ ਹਾਲਾਤ ਬੈਂਕਾਂ ਦੇ ਬਣ ਰਹੇ ਹਨ ਉਸ ਨਾਲ ਹੁਣ ਬੈਂਕਾਂ ਉੱਪਰ ਵਿਸ਼ਵਾਸ ਨਹੀਂ ਰਿਹਾ। ਮਹਿਲਾ ਮੁਤਾਬਕ ਜਿਸ ਵਿਅਕਤੀ ਦਾ ਇੱਕ ਹੀ ਬੈਂਕ ਅਕਾਊਂਟ ਹੋਵੇਗਾ ਉਹ ਇਸ ਤਰ੍ਹਾਂ ਦੀ ਮੁਸੀਬਤ ਤੋਂ ਬਾਅਦ ਕਿੱਧਰ ਜਾਵੇਗਾ। ਇਸ ਤਰ੍ਹਾਂ ਆ ਕਿ ਸਾਰਿਆਂ ਦਾ ਨਾ ਬੈਂਕਾਂ ਤੋਂ ਜਿਹੜਾ ਯਕੀਨ ਹੈ ਉਹ ਚੱਕਿਆ ਜਾ ਰਿਹਾ ਹੈਗਾ। ਜਿੱਦਾਂ ਹੁਣ ਅਸੀਂ ਰਿਟਾਇਰੀ ਹੈਗੇ ਹਾਂ ਅਤੇ ਸਾਡੇ ਜਿਹੜੇ ਪੈਸੇ ਆ ਉਹਦੇ 'ਤੇ ਅਸੀਂ ਗੁਜ਼ਾਰਾ ਕਰਨਾ ਹੈ, ਅਤੇ ਉਹੀ ਜੇ ਸਾਨੂੰ ਟਾਈਮ 'ਤੇ ਨਾ ਮਿਲਣ ਜਾਂ ਘੱਟ ਮਿਲਣ, ਜਿੱਦਾਂ ਹੁਣ ਟੈਕਸ 15 ਤਰੀਕ ਤੱਕ ਦੇਣਾ ਹੈਗਾ, ਅਸੀਂ ਉਹ ਕਿੱਥੋਂ ਦੇਵਾਂਗੇ? ਜੇ ਇੱਕੋ ਹੀ ਅਕਾਊਂਟ ਹੋਵੇ, ਜੇ ਇੱਕੋ ਹੀ ਅਕਾਊਂਟ ਇਸੇ ਬੈਂਕ 'ਚ ਹੋਵੇ, ਫਿਰ ਤਾਂ ਬੰਦਾ ਮਰ ਗਿਆ ਨਾ, ਫਿਰ ਕੀ ਕਰੇਗਾ, ਕਿੱਥੇ ਲੈ ਕੇ ਜਾਏਗਾ? 50,000 ਕਢਵਾ ਸਕਦਾ ਸਾਡਾ ਕਿ ਟੈਕਸ ਮਨੀ ਅਸੀਂ ਜ਼ਿਆਦਾ ਦੇਣੀ ਹੈ, ਐਡਵਾਂਸ ਟੈਕਸ ਜਮ੍ਹਾਂ ਕਰਾਉਣਾ ਹੈ, ਹੋਰ ਤਾਂ ਜੇ ਪ੍ਰਾਇਓਰਟੀਜ਼ ਬਾਅਦ ਦੀਆਂ ਗੱਲਾਂ, ਜੇ ਕਿਸੇ ਬੱਚੇ ਦੀ ਫੀਸ ਦੇਣੀ ਹੈ ਜਾਂ ਕਿਸੇ ਦਾ ਐਗਜ਼ਾਮੀਨੇਸ਼ਨ ਫੀਸ ਦੇਣੀ ਹੈ, ਕੋਈ ਬਿਮਾਰ ਹੈ ਉਹਦਾ ਅਸੀਂ ਹੋਸਪਿਟਲ ਦਾ ਬਿੱਲ ਦੇਣਾ ਹੈ, ਉਹ ਕਿਸ ਤਰ੍ਹਾਂ ਮੈਨੇਜ ਕਰੇਗਾ? ਯੈਸ ਬੈਂਕ ਲਈ ਫਿਲਹਾਲ ਰਾਹਤ ਦੀ ਗੱਲ ਹੈ ਕਿ ਇਸ ਬੈਂਕ ਉੱਪਰ ਆਏ ਸੰਕਟ ਤੋਂ ਬਾਅਦ ਵੱਡੇ ਪੱਧਰ 'ਤੇ ਇੱਕ ਬੋਰਡ ਦੀ ਮੀਟਿੰਗ ਬੁਲਾਈ ਗਈ ਸੀ, ਜਿਸ ਵਿੱਚ ਬੋਰਡ ਦੀ ਸਹਿਮਤੀ ਨਾਲ ਯੈਸ ਬੈਂਕ ਨੂੰ 10,000 ਕਰੋੜ ਰੁਪਏ ਦੀ ਪੂੰਜੀ ਜੁਟਾਉਣ ਦੀ ਮਨਜ਼ੂਰੀ ਮਿਲ ਗਈ ਹੈ। ਫਿਲਹਾਲ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਯੈਸ ਬੈਂਕ ਦੇ ਖਾਤਾ ਧਾਰਕਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦਾ ਪੈਸਾ ਸੁਰੱਖਿਅਤ ਹੈ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਯੂਟਿਊਬ ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।